नमस्कार, तुसी देख रहे हो दैनिक सवेरा टीवी और मैं हाँ थोड़े नाल मीत शर्मा। जस्सी जसराज जो अजकल सोशल मीडिया से काफ़ी ज़्यादा एक्टिव नज़र आ रहे हैं, जिन्हों का गाना 18 सितंबर को रिलीज़ भी होना सीगा नैशनल विलेजर 2। तकरीबन 8 साल तो बाद ये गाना रिलीज़ होना सीगा, क्योंकि इस तो पहला नैशनल विलेजर आया सीगा जिस दे विच उन्होंने हनी सिंह नूं टारगेट किया सी। जिहड़ा ये गाना है ये कल रिलीज़ होना सीगा, हजे तक ये गाना रिलीज़ नहीं होया। तो खास गल है कि इस गाने के पोस्टर दे उत्ते उन्होंने मूसा लिखा है, आए दिन जिहड़ी भी वो वीडियो शेयर कर रहे हैं अपनी सोशल मीडिया हैंडल्स से, उस दे विच भी वो कितना ना कितने सिद्धू मूसेवाले नूं टारगेट करते हुए नज़र आ रहे हैं। कभी टॉयगन कह के छेड़ते हैं, कभी थापी का जवाब देते हैं। उत्ते दूजे पासे जेकर गल की जाए, हाल ही दे विच असीं जस्सी जसराज दे नाल इंटरव्यू किया, इस दरम्यान उन्होंने बब्बू मान का भी जिक्र किया। तो जिहड़े फैंस अजकल आपस दे विच लड़ रहे हैं उन्होंने करारा जवाब भी दिता और कहते हैं कि जेकर फैंस लड़ते हैं उन्हों का पीपा भरदा आटे दे नाल उन्होंने पैसे मिलते हैं तो उन्होंने लड़ते रहना चाहिए। और केड़ियां गल्लां आखियां ने सिद्धू मूसेवाला बब्बू मान लैके जस्सी जसराज ने, आओ तुहानूं दिखाने आ। हर गल तुसीं कहो भी मैं पता नहीं किहड़ा जी किहड़ा कहिंदे मैं पिंड नूं बिलोंग करदा जिथे गोली मार के कसूर पुछ दे, जिथे बंदा मार के कसूर पुछ दे जट उस पिंड तों बिलोंग करदा, इह किहा जांदा। ਉਹ ਭਾਜੀ ਇਹ ਕਿਹੜਾ ਜੱਟ ਹੈ? ਇਹ ਉਹੀ ਜੱਟ ਹੈ ਜਿਸਦਾ ਤੁਸੀਂ ਜ਼ਿਕਰ ਕਰ ਰਹੇ ਹੋ। ਖੈਰ ਤੁਸੀਂ ਨਾਮ ਲੈਣਾ ਮੁਨਾਸਿਬ ਨਹੀਂ ਸਮਝ ਰਹੇ। ਉਹਨੂੰ ਜਿਹੜਾ ਵੀ ਕੋਈ ਹੈਗਾ ਨਾ ਉਹ ਲੱਲੀ ਛੱਲੀ, ਉਹਨੂੰ ਅਸੀਂ ਕਹਿੰਦੇ ਹਾਂ ਚੱਲ ਮੈਂ ਬੋਲਦਾ ਆ ਜਾ ਮੇਰੇ ਮਾਰ ਤੂੰ ਜਿਹੜੀ ਗੋਲੀ ਮਾਰਨੀ ਆ, ਦੇਖਦਾ ਜੇ ਹੈ ਕਿਸੇ ਅਸਲੇ ਦਾ ਤਾਂ ਆ ਜਾ ਯਾਰ। ਜੇ ਇੰਨਾ ਤੈਨੂੰ ਕਸੂਰ ਬਾਅਦ ਚ ਪੁੱਛ ਲਈ, ਮੈਂ ਤਾਂ ਸ਼ਰਿਆਂ ਇਸ ਤੋਂ ਪਹਿਲਾਂ ਇੱਕ ਠੋਕਿਆ 2012 ਚ ਸ਼ਬਦਾਂ ਨਾਲ, ਇਸ ਕਲਮ ਨਾਲ, ਗੋਲੀ ਨਾਲ ਨਹੀਂ। ਬਿਲਕੁਲ ਬਿਲਕੁਲ, ਹਰ ਕੋਈ ਆਪਣੀ ਗੱਲ ਕਹਿੰਦਾ ਆ, ਉਹਨੇ ਆਪਣੀ ਗੱਲ ਕਹੀ ਸੀ, ਅਸੀਂ ਆਪਣੀ ਗੱਲ ਕਹੀ। ਅੱਜ ਜਿਹੜੇ ਕਹਿ ਰਹੇ ਨੇ, ਅੱਜ ਉਹ ਆਪਣੀ ਗੱਲ ਕਹਿ ਰਹੇ ਨੇ, ਅਸੀਂ ਆਪਣੀ ਗੱਲ ਕਹਿਣੀ ਹੈ। ਇੱਧਰ ਫੈਨ ਗਾਲੋ ਗਾਲੀ, ਇੱਧਰ ਬੱਬੂ ਦੇ ਫੈਨ ਉੱਧਰ ਨੂੰ ਗਾਲਾਂ, ਇੱਧਰ ਦੇ ਕਹਿੰਦੇ ਟਾਈਮ ਬੰਨ ਲਾ ਤੈਨੂੰ ਛੱਡਦੇ ਨੇ, ਉਹ ਦੱਸੋ ਯਾਰ। ਬੱਬੂ ਮਾਨ ਦਾ ਤੁਸੀਂ ਨਾਮ ਲਿਆ ਹੁਣੇ, ਉਹ ਬਹੁਤ ਸੀਨੀਅਰ ਕਲਾਕਾਰ ਨੇ, ਹੈ ਨਾ? ਬਹੁਤ ਜਿੱਦਾਂ ਤੁਹਾਡਾ ਗਾਣਾ 2.5 ਲੱਖ ਦੀ ਹੈਗਾ ਜੋ ਅੱਜ ਵੀ ਵਿਆਹਾਂ 'ਚ ਚੱਲਦਾ, ਹੈ ਨਾ? ਕਿਉਂਕਿ ਤੁਸੀਂ ਵੀ ਅੱਜ ਦੇ ਨਹੀਂ, ਤੁਸੀਂ ਵੀ ਕਾਫੀ ਪੁਰਾਣੇ ਹੋ। ਸੋ ਇੱਕ ਸੀਨੀਅਰ ਕਲਾਕਾਰ ਦੀ ਜਦੋਂ ਇੱਕ ਨਵੇਂ ਸਿੰਗਰ ਦੇ ਨਾਲ ਤਕਰਾਰ ਹੋ ਜਾਂਦੀ ਹੈ, ਫੈਨਸ ਵੀ ਫਿਰ ਲੜਨ ਲੱਗ ਪੈਂਦੇ ਨੇ। ਸੋ ਤੁਸੀਂ ਇਸ ਕੰਟਰੋਵਰਸੀ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਤੁਹਾਡੇ ਮੁਤਾਬਿਕ ਯੂਥ 'ਤੇ ਕਾਫੀ ਇੰਪੈਕਟ ਪੈਂਦਾ, ਉਹ ਸਮਝਦਾ ਕਿ ਜਿਹੜਾ ਗੀਤਕਾਰ ਹੈ ਜਾਂ ਗਾਇਕ ਹੈ ਇਹ ਮੈਂ ਹੀ ਹਾਂ, ਮੇਰੇ ਬਾਰੇ ਗਾਣਾ ਗਾ ਰਿਹਾ। ਸੋ ਜਿਹੜੀ ਲੜਾਈ ਹੈ ਇਸ ਬਾਰੇ ਤੁਹਾਡੇ ਕੀ ਵਿਚਾਰ ਹੋਣਗੇ? ਦੇਖੋ, ਮੈਂ ਤਾਂ ਫੈਨਾਂ ਨੂੰ ਕਹੂੰਗਾ ਹੋਰ ਰਿੜਕ ਲਓ ਥੋੜ੍ਹਾ ਚਿਰ, ਜੇ ਤਾਂ ਇਹਦੇ ਵਿੱਚੋਂ ਤੁਹਾਨੂੰ ਰੋਟੀ ਲੱਭਦੀ ਹੈ ਗਾਲ ਕੱਢ ਕੇ ਕਿਸੇ ਨੂੰ, ਠੀਕ ਹੈ? ਜੇ ਤੁਹਾਡੀ ਜਵਾਨ ਭੈਣ ਦੇ ਵਿਆਹ ਜੋਗੇ ਪੈਸੇ ਇਕੱਠੇ ਹੁੰਦੇ ਆ, ਜੇ ਤੁਹਾਡੀਆਂ ਫਸਲਾਂ ਦਾ ਮੁੱਲ ਤੁਹਾਨੂੰ ਪ੍ਰੋਪਰ ਮਿਲਦਾ, ਜੇ ਤੁਹਾਡੇ ਆਂਢ ਗੁਆਂਢ 'ਚ ਤੁਸੀਂ ਨਸ਼ੇ ਛੱਡ ਦਿੰਦੇ ਹੋ, ਰਾਈਟ? ਅਗਰ ਕਰਦੇ ਹੋ, ਜੇ ਤੁਹਾਡਾ ਸੁਧਾਰ ਹੁੰਦਾ, ਮੈਂ ਕਹਿੰਦਾ ਇੱਕ ਨਹੀਂ ਹਜ਼ਾਰ ਗਾਲ ਮੈਨੂੰ ਕੱਢੋ। ਅਗਰ ਤੁਹਾਡੇ ਪੀਪੇ 'ਚ ਆਟਾ ਪੈਂਦਾ, ਅਗਰ ਤੁਹਾਡੇ ਬਟੂਏ 'ਚ ਗਾਲ ਕੱਢਣ ਤੋਂ ਬਾਅਦ ਪੈਸੇ ਆਉਂਦੇ ਆ, ਅਗਰ ਤੁਸੀਂ ਆਈਲੈਟਸ ਦੀਆਂ ਕਲਾਸਾਂ ਲਾ ਲਾ ਕੇ ਤੁਹਾਡਾ ਵੀਜ਼ਾ ਬਾਹਰ ਦਾ ਲੱਗ ਜਾਂਦਾ ਗਾਲ ਕੱਢ ਕੇ, ਤੇ ਬਾਈ ਜੀ ਮੈਂ ਕਹਿੰਦਾ ਮੈਨੂੰ ਕੱਢ ਲਓ ਗਾਲਾਂ, ਫਿਰ ਬੰਦਾ ਯਾਰ ਵੀ ਤੁਹਾਡਾ ਫਾਇਦਾ ਹੋ ਰਿਹਾ ਗਾਲ ਕੱਢੇ ਤੋਂ। ਫਿਲਹਾਲ ਤੁਸੀਂ ਜੱਸੀ ਜਸਰਾਜ ਦੇ ਬਾਰੇ ਕੀ ਕਹਿਣਾ ਚਾਹੋਗੇ? ਸਾਨੂੰ ਆਪਣਾ ਫੀਡਬੈਕ ਜ਼ਰੂਰ ਸਾਂਝਾ ਕਰੋ, ਅਤੇ ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇ ਲਈ ਤੁਸੀਂ ਬਣੇ ਰਹੋ ਦੈਨਿਕ ਸਵੇਰਾ ਟੀਵੀ ਦੇ ਨਾਲ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374-9649, 84374-9648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।